ਬਿਲਕੁਲ ਆਤੇ ਗਗਨ ਸਭ ਤੋਂ ਇਹ ਮੇਹ ਹੈ ਕਿ ਜਦੋਂ ਅਸੀਂ ਸਾਫ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਪੁੱਛਿਆ ਸੀਗਾ ਕਿ ਜੇ ਤੁਹਾਨੂੰ ਕਾਂਗਰਸ ਆਲਾ ਕਮਾਨ ਦੁਬਾਰਾ ਤੋਂ ਮੁੱਖ ਮੰਤਰੀ ਬਣਾਉਂਦੀ ਐ ਤਾਂ ਤੁਸੀਂ ਬਣੋਗੇ ਤਾਂ ਉਹਨਾਂ ਵੱਲੋਂ ਇੱਕ ਜਵਾਬ ਦਿੱਤਾ ਗਿਆ ਸੀਗਾ ਜਿਸ ਨਾਲ ਉਹ ਸਾਫ ਪਤਾ ਲੱਗ ਰਿਹਾ ਸੀਗਾ ਕਿ ਉਹਨਾਂ ਦਾ ਉਹ ਕਾਫੀ ਜ਼ਿਆਦਾ ਨਰਾਜ਼ ਨੇ ਆਲਾ ਕਮਾਨ ਤੋਂ ਉਹਨਾਂ ਨੇ ਕਿਹਾ ਸੀ ਨਾ 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 ਮੈਂ ਨਹੀਂ ਬੰਦਾ ਦੁਬਾਰਾ ਮੁੱਖ ਮੰਤਰੀ ਜਿੰਨਾ ਮੈਨੂੰ ਹਿਊਮਿਲੇਟ ਕੀਤਾ ਗਿਆ ਹੈ ਤੇ ਜਿਸ ਤਰ੍ਹਾਂ ਮੇਰੇ ਤੇ ਪਰੋਸਾ ਨਹੀਂ ਜਤਾਇਆ ਗਿਆ ਮੈਂ ਹੁਣ ਮੁੱਖ ਮੰਤਰੀ ਨਹੀਂ ਬੰਦਾ ਨਾਲ ਹੀ ਇਹ ਵੀ ਕਿਹਾ ਸੀਗਾ ਕਿ ਜੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਲਈ ਲੜਦੇ ਨੇ ਕਾਂਗਰਸ ਤੋਂ ਤਾਂ ਮੈਂ ਉਹਨਾਂ ਦੇ ਖਿਲਾਫ ਲੜੂੰਗਾ ਪਰ ਇਹ ਜ਼ਰੂਰ ਹੈ ਕਿ ਮੁਲਾਕਾਤ ਕਾਫੀ ਜ਼ਿਆਦਾ ਮਾਇਨੇ ਰੱਖਦੀ ਹੈ ਔਰ ਇਹ ਵੀ ਦੱਸਦੀ ਗਗਨ ਸਭ ਤੋਂ ਪਹਿਲਾ ਇਹ ਜਾਣਕਾਰੀ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਈ ਵਿਊਰਸ ਨੂੰ ਦਿੱਤੀ ਸੀ ਔਰ ਸਾਡੀ ਖਬਰ ਤੇ ਜਿਹੜੀ ਮੋਹਰ ਲੱਗੀ ਹੈ ਦੇਖੋ ਜੀ ਪੰਜਾਬ ਹਰਿਆਣਾ ਹਿਮਾਚਲ ਕਦੇ ਵੀ ਸਪੈਕੂਲੇਸ਼ਨ ਤੇ ਖਬਰ ਨਹੀਂ ਚਲਾਉਂਦਾ ਤੇ ਕੱਲ ਐਸੀ ਇਹ ਖਬਰ ਕਨਫਰਮ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲਣ ਵਾਸਤੇ ਦਿੱਲੀ ਜਾ ਰਹੇ ਨੇ ਹਾਲਾਂਕਿ ਐਸੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਵੀ ਸੀ ਉਹਨਾਂ ਨੇ ਨਾ ਨਹੀਂ ਕੀਤਾ ਕਿ ਮੈਂ ਅਮਿਤ ਸ਼ਾਹ ਦੇ ਨਾਲ ਨਹੀਂ ਮਿਲੂੰਗਾ ਜਾਂ ਮੈਂ ਜੀਪੀ ਨੱਡਾ ਦੇ ਨਾਲ ਨਹੀਂ ਮਿਲੂੰਗਾ ਉਹਨਾਂ ਨੇ ਕਿਹਾ ਸੀ ਮੈਂ ਕਪੂਰਤਲਾ ਹਾਊਸ ਮੇਰਾ ਜਿਹੜਾ ਮਕਸਦ ਹੈ ਕਪੂਰਤਲਾ ਹਾਊਸ ਖਾਲੀ ਕਰਨਾ ਹੈ ਉਹ ਖਾਲੀ ਕਰਨ ਵਾਸਤੇ ਗਏ ਵੀ ਤੋਂ ਹੁੰਦਾ ਸੀ ਕਿ 2 ਦਿਨ ਲੱਗਣੇ ਸੀਗੇ ਖਾਲੀ ਕਰਨ ਵਾਸਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਦੱਸਿਆ ਵੀ ਸੀਗਾ ਸਾਨੂੰ ਕਿ 2 ਦਿਨ ਲੱਗਣਗੇ ਖਾਲੀ ਕਰਨ ਦੇ ਵਿੱਚ ਇਸ ਦੌਰਾਨ ਉਹ ਆਪਣੇ ਦੋਸਤਾਂ ਨਾਲ ਮੁਲਾਕਾਤ ਕਰਨਗੇ ਤਾਂ ਕਹਿ ਸਕਦੇ ਆ ਕਿ ਅਮਿਸ਼ਾ ਮੁੰਡਾ ਨਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁਲਾਕਾਤ ਕਰਦੇ ਸੀਗੇ ਜਬ ਕਿਉਂਕਿ ਉਹ ਖੁਦ ਮੁੱਖ ਮੰਤਰੀ ਸੀ ਤੇ ਕਿਉਂਕਿ ਅਮਿਤ ਸ਼ਾ ਹੋਮ ਮਿਨਿਸਟਰ ਨੇ ਤਾਂ ਹੋ ਸਕਦਾ ਹੈ ਕਿ ਪਹਿਲਾਂ ਉਸ ਇੱਕ ਡਿਊਟੀਆਂ ਦੇ ਵਿੱਚ ਜਾਂ ਫਿਰ ਉਸ ਧਾਇਰੇ ਚ ਰਹਿ ਕੇ ਮੁਲਾਕਾਤ ਕਰਦੇ ਹੋਣ ਪਰ ਇਸ ਵਾਰ ਉਹਨਾਂ ਵੱਲੋਂ ਕਿਹਾ ਗਿਆ ਕਿ ਦੋਸਤਾਂ ਨਾਲ ਮੁਲਾਕਾਤ ਕਰਨੀ ਹੈ ਤਾਂ ਕੀ ਹੁਣ ਅਮਿਤ ਸ਼ਾ ਦੇ ਨਾਲ ਦੋਸਤੀ ਹੋ ਗਈ ਹੈ ਕੈਪਟਨ ਅਮਰਿੰਦਰ ਸਿੰਘ ਦੀ ਹਾਲਾਂਕਿ ਪਹਿਲਾਂ ਵੀ ਹਮੇਸ਼ਾ ਕਹਿੰਦੇ ਰਹੇ ਨੇ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵੀ ਉਹਨਾਂ ਦੀ ਅੱਛੀ ਖਾਸੀ ਜਿਹੜੀ ਹੈ ਦੋਸਤੀ ਹੈ ਚਾਹੇ ਉਹ ਮੋਦੀ ਦੇ ਨਾਲ ਹੋਵੇ ਜਾਂ ਫਿਰ ਅਮਿਤ ਸ਼ਾ ਦੇ ਨਾਲ ਹੋਵੇ ਜਦੋਂ ਨਾ ਤਾਂ ਹੋਮ ਮਿਨਿਸਟਰ ਸੀ ਉਦੋਂ ਵੀ ਉਹਨਾਂ ਦੀ ਅੱਛੀ ਦੋਸਤੀ ਉਹਨਾਂ ਦੇ ਨਾਲ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਦੇਖੋ ਮੈਂ ਬਾਰਡਰ ਮੈਂ ਮੈਂ ਬਾਰਡਰ ਸਟੇਟ ਤੇ ਦਾ ਮੁੱਖ ਮੰਤਰੀ ਆ ਤੇ ਮੈਂ ਪੰਜਾਬ ਦੀ ਸਿਕਿਉਰਿਟੀ ਦੇਖਣੀ ਆ ਮੈਂ ਦੇਸ਼ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਲਈ ਹੋਈ ਹੈ ਉਹ ਹਮੇਸ਼ਾ ਇਹੀ ਕਹਿੰਦੇ ਸੀਗੇ ਤੇ ਇਹੀ ਕਰਨੇ ਉਹ ਕਹਿੰਦੇ ਸੀਗੇ ਕਿ ਮੈਂ ਮੇਰਾ ਇਸ ਲਈ ਉਹਨਾਂ ਨਾਲ ਮਿਲਣਾ ਵੀ ਜ਼ਰੂਰੀ ਹੈ ਪਰ ਹੁਣ ਤੁਸੀਂ ਦੇਖੋ ਮੁੱਖ ਮੰਤਰੀ ਨਹੀਂ ਰਹੇ ਤੇ ਹੁਣ ਨਾਲ ਮਿਲਣਾ ਕਿਉਂਕਿ ਉਹਨਾਂ ਕੋਲ ਕੋਈ ਮਿਨਿਸਟਰੀ ਵੀ ਨਹੀਂ ਹੈ ਤਾਂ ਉਹ ਜਿਹੜੀ ਆਵਾਜ਼ ਹੈ ਹੁਣ ਉਹ ਬੀਚੇ ਵੀ ਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਭਗਤ ਨੇ ਦੇਸ਼ ਦੀ ਉਹਨਾਂ ਨੂੰ ਫਿਕਰ ਸੀ ਇਸ ਲਈ ਉਹ ਜਿਸ ਵੇਲੇ ਮੁੱਖ ਮੰਤਰੀ ਸੀ ਉਹ ਗ੍ਰਹਿ ਮੰਤਰਾਲੇ ਤੱਕ ਜਾਂਦੇ ਸਨ ਲੇਕਿਨ ਕੀ ਲੱਗਦਾ ਹੈ ਕਿ ਜੋ ਹੈਲੋ ਹਾਈ ਹੈ ਹੁਣ ਬੀਜੇਪੀ ਦੇ ਨਾਲ ਸ਼ੁਰੂ ਹੋ ਗਈ ਕੈਪਟਨ ਅਮਰਿੰਦਰ ਸਿੰਘ ਦੀ ਇਹ ਕਾਂਗਰਸ ਨੂੰ ਟਾਟਾ ਬਾਈ ਕਰ ਸਕਦੇ ਨੇ ਔਰ ਕੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਇਹ ਆਸਾਨ ਹੋਏਗਾ ਕਿਉਂਕਿ ਜਿਸ ਵੇਲੇ ਮੁੱਖ ਮੰਤਰੀ ਸਨ ਇਹੀ ਬੀਜੇਪੀ ਸੀ ਜੋ ਕਿ ਵਕੂਕ ਮੁੱਦਿਆਂ ਤੇ ਕੈਪਟਨ ਨੂੰ ਘੇਰਦੀ ਸੀ ਅਸਫਲ ਮੁੱਖ ਮੰਤਰੀ ਕਰਾਰ ਦੇ ਰਹੀ ਸੀ ਅਦਲੇ ਕਿਤੇ ਸਿੱਧਾ ਖੁਦ ਦੇਖੋ ਕਿਵੇਂ ਜਿਹੜੇ ਵਿਊਜ਼ ਨੇ ਜਾਂ ਫਿਰ ਸਟੇਟਮੈਂਟਸ ਭਾਜਪਾ ਦੇ ਲੀਡਰਸ ਜਾਂ ਬਦਲੀਆਂ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਜਦੋਂ ਅਸਤੀਫਾ ਮੰਗਿਆ ਗਿਆ ਆਲਾ ਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਮਾੜੀ ਹੋਈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗਲਤ ਹੋਇਆ ਇਹ ਉਹਨਾਂ ਦੀਆਂ ਸਟੇਟਮੈਂਟਸ ਯਾਨੀ ਕਿ ਬਦਲੀਆਂ ਸਟੇਟਮੈਂਟਸ ਇਸ ਦੇ ਨਾਲ ਹੀ ਚ ਬੀਜਪੀ ਦੀ ਪੰਜਾਬ 'ਚ ਗੱਲ ਕੀਤੀ ਜਾਵੇ ਤਾਂ ਮਹਿ 23 ਸੀਟਾਂ ਤੇ ਬੀਜਪੀ ਲੜਦੀ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜਨ ਦੇ ਵਿੱਚ ਰਹੀ ਹੈ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜਨ ਬੀਐਸਪੀ ਦੇ ਨਾਲ ਹੋ ਗਿਆ ਤੇ ਬੀਜਪੀ ਨੂੰ ਵੀ ਪਤਾ ਹੈ ਕਿ ਉਹਨਾਂ ਨੂੰ ਵੀ ਇਹ ਮੌਕਾ ਪਹਿਲੀ ਵਾਰ ਮਿਲਿਆ ਹੈ ਤੇ ਸ਼ਾਇਦ ਆਖਰੀ ਮੌਕਾ ਵੀ ਹੋਏਗਾ ਜੇ ਇਸ ਵਾਰ ਪਰਫਾਰਮ ਨਹੀਂ ਕਰ ਪੰਦੀ ਬੀਜਪੀ ਕਿ 23 ਸੀਟਾਂ ਦੀ ਜਗ੍ਹਾ ਇਸ ਵਾਰ 117 ਸੀਟਾਂ ਤੇ ਬੀਜਪੀ ਆਪਣੇ ਕੈਂਡੀਡੇਟਸ ਕੈਰੀ ਹੈ ਨੇ ਉਤਾਰਨੇ ਨੇ ਪਰ ਹਾਲੇ ਕੋਈ ਵੱਡਾ ਫੇਸ ਜਿਹੜਾ ਹੈ ਉਹ ਪੰਜਾਬ ਬੀਜੇਪੀ ਕੋਲ ਨਹੀਂ ਹੈਗਾ ਇਸ ਲਈ ਉਹਨਾਂ ਨੂੰ ਚਿਹਰੇ ਦੀ ਤਲਾਸ਼ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਹੈ ਦੇਖੋ ਰਾਹੁਲ ਗਾਂਧੀ ਚੰਡੀਗੜ੍ਹ ਆਉਂਦੇ ਨੇ ਪਰ ਮਨਾਉਣ ਦੀ ਕੋਸ਼ਿਸ਼ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਹੁੰਦੀ ਇਸ ਦੇ ਨਾਲ ਹੀ ਸੋਨੀਆ ਗਾਂਧੀ ਦੇਖੋ ਜਦੋਂ ਕੈਪਟਨ ਅਮਰਿੰਦਰ ਸਿੰਘ 15 ਦਿਨ ਪਹਿਲਾਂ ਕਹਿ ਚੁੱਕੇ ਨੇ ਕਿ ਮੈਨੂੰ ਹਿਊਮਿਲੇਟ ਕੀਤਾ ਜਾ ਰਿਹਾ ਮੈਂ ਇਸ ਦੀਫਾ ਦੇਣ ਲਈ ਤਿਆਰ ਹਾਂ ਉਦੋਂ ਕਿਹਾ ਗਿਆ ਤੁਸੀਂ ਕੰਟੀਨਿਊ ਕਰੋ ਇੱਕੋ ਰਾਤ ਦੇ ਵਿੱਚ ਮੈਸੇਜ ਆਂਦਾ ਹੈ ਕਿ ਨਹੀਂ ਤੁਸੀਂ ਮੀਟਿੰਗ ਜਿਹੜੀ ਐ ਐਮ ਐਲ ਐਸ ਦੀ ਸੱਦ ਲਓ ਉਸ ਤੋਂ ਬਾਅਦ ਉਸੇ ਇੱਕ ਦਿਨ ਦੇ ਵਿੱਚ ਉਹਨਾਂ ਤੋਂ ਇਸਤੀਫਾ ਵੀ ਮੰਗ ਲਿਆ ਜਾਂਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਹਿਊਮਿਲੇਟ ਤੇ ਇਨਸਲਟ ਮੇਰੀ ਜਿਹੜੀ ਹੈ ਉਹ ਕੀਤੀ ਗਈ ਹੈ ਉਸ ਤੋਂ ਬਾਅਦ ਵੀ ਤੁਸੀਂ ਦੇਖੋਗੇ ਕਿਸੇ ਵੀ ਸੀਨੀਅਰ ਕਾਂਗਰਸੀ ਕਿਸੇ ਵੀ ਸੀਨੀਅਰ ਲੀਡਰ ਨੇ ਜਿਹੜੇ ਕਹਿ ਸਕਦੇ ਆ ਕਿ ਹਾਈ ਕਮਾਂਡ ਚੋ ਕਿਸੇ ਵੀ ਸੀਨੀਅਰ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਟੈਂਡ ਨਹੀਂ ਲਿਆ ਉਹਨਾਂ ਦੇ ਨਾਲ ਜਿਹੜੇ ਖੜੇ ਨਹੀਂ ਹੋਏ ਤਾਂ ਹੋ ਸਕਦਾ ਹੈ ਇਹੀ ਕਰਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੇ ਭਾਜਪਾ ਕੋਈ ਵੱਡੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਲੈ ਸਕਦੇ ਨੇ ਉਸ ਜ਼ਿੰਮੇਵਾਰੀ ਨੂੰ ਲੈ ਸਕਦੇ ਨੇ ਕਿਉਂਕਿ ਭਾਜਪਾ ਨੂੰ ਵੀ ਕਿਤੇ ਨਾ ਕਿਤੇ ਦਮ ਮਿਲੇਗਾ ਇਹ ਦਿਨਾਂ ਦੇ ਵਿੱਚ ਬਿਲਕੁਲ ਭਾਜਪਾ ਜੋ ਹੈ ਡੋਰੇ ਹੈ ਕੈਪਟਨ ਅਮਰਿੰਦਰ ਸਿੰਘ ਤੇ ਉਸ ਵੇਲੇ ਤੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਜਿਸ ਵੇਲੇ ਸਿਫਾ ਦੇ ਦਿੱਤਾ ਸੀ ਇਹ ਜੋ ਡੋਰੇ ਪਾਉਣ ਦੀ ਰਣਨੀਤੀ ਸੀ ਇਹ ਇਸੇ ਲਈ ਸੀ ਕਿ ਪੰਜਾਬ ਭਾਜਪਾ ਦੇ ਕੋਲ ਕੋਈ ਸਟਰੋਂਗ ਸਿੱਖ ਫੇਸ ਨਹੀਂ ਹੈ ਚੋਣਾਂ ਦੇ ਵਿੱਚ ਉਤਾਰਨ ਦੇ ਲਈ કે લાગਦਾ હે કે અગર એની વડી જવાબદારી બીજેપી દેગી કેપ્ટન અમરિંદર સિંહ નો તો કોંગ્રેસ નો કેપ્ટન અમરિંદર સિંહ ડેન્ટ કર પાંગે પોસ્ટ મહોલ દે وچ ઓસે સિચ્યુએશન તો કે કુદી કેરતે રહેને કે મુદ્દے ન લાગે બિલકુલ બિલકુલ ક્યો ન કર પાંગે જિસ તરહ કોંગ્રેસ દે وچ હે ઇસ વેલે ਇਸ ਵੇਲੇ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦਾ ਕਲੇਸ਼ ਮਚਾਇਆ ਹੋਇਆ ਹੈ ਕਮਾਸਾਨ ਮਚਾਇਆ ਹੋਇਆ ਹੈ ਸਾਫ਼ ਤੌਰ ਤੇ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ ਇਸ ਦਾ ਫਾਇਦਾ ਦੂਜੀ ਪਾਰਟੀਆਂ ਚੁੱਕ ਰਹੀਆਂ ਨੇ ਬੀਜੇਪੀ ਵੀ ਚੁੱਕ ਸਕਦੀ ਹੈ ਨਾਲ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਕੋਈ ਇੰਨਾ ਡਿਸਲਾਈਕ ਨਹੀਂ ਕਰਦਾ ਸਿਰਫ ਔਰ ਸਿਰਫ ਇੱਕ ਜਿਹੜੇ ਖੇਤੀ ਕਾਨੂੰਨ ਆਏ ਨੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਬੀਜੇਪੀ ਦੇ ਪੂਰੀ ਤਰ੍ਹਾਂ ਖਿਲਾਫ ਹੋ ਗਏ ਨੇ ਤੇ ਉਹ ਅਸੀਂ ਦੇਖ ਵੀ ਪਾ ਰਹੇ ਹਾਂ ਲਗਾਤਾਰ ਕਿ ਜਿਹੜੇ ਕਿਸਾਨ ਨੇ ਜਾਂ ਫਿਰ ਪਿੰਡਾਂ ਦੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਤਿੰਨ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਰੱਦ ਨਹੀਂ ਕਰ ਰਹੀ ਬਹੁਤ ਹੀ ਛੋਟਾ ਜਿਹਾ ਮਸਲਾ ਹੈ ਰੱਦ ਕਰ ਦਨ ਤੇ ਅਸੀਂ ਖੁਸ਼ੀ-ਖੁਸ਼ੀ ਕਰ ਆ ਜਾਾਂਗੇ ਤਾਂ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਏ ਤੇ ਹੋ ਸਕਦਾ ਹੈ ਜੇ ਕੈਪਟਨ ਅਮਰਿੰਦਰ ਸਿੰਘ ਸਫਲ ਵੀ ਹੋ ਜਾਂਦੇ ਨੇ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਇੱਕ ਹੱਲ ਕੱਢਣ ਦਾ ਤੇ ਨਾਲ ਹੀ ਕਹਿ ਸਕਦੇ ਆ ਮੀਡੀਏਟਰ ਦਾ ਰੋਲ ਪਲੇ ਕਰਨ ਦੇ ਵਿੱਚ ਵੀ ਉਹ ਸਫਲ ਹੁੰਦੇ ਨੇ